ਬਾਣ ਕਰ ਦੇਣਾ, ਬੱਚਿਆਂ ਨੂੰ ਵਾਰ ਦੇਣਾ। ਚਲੇ ਰਾਜਾ ਜਿਨ੍ਹਾਂ ਦੇ ਦੁਨੀਆਂ ਤੋਂ ਲੁਕ ਲੁਕ ਰੋਣਗੇ, ਕਦੇ ਨਹੀਂ ਕਰਦੀਆਂ। ਜੋ ਛਾਕੇ ਮਹਾਰਾਜ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਮੂਹ ਸੰਗਤ, ਆਪ ਜਾਣਦੇ ਹੋ ਜੀ, ਆਪਣੇ ਬੱਸ ਸਟੈਂਡ ਦੌੜ 'ਤੇ ਜੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਹਦਾ ਇੱਕ ਮਹੀਨਾ ਜਿਹੜਾ ਬੱਸ ਸਟੈਂਡ 'ਤੇ ਚਾਹ ਦਾ ਲੰਗਰ ਸੁਬਹਾ ਚੱਲਦਾ ਜੀ। ਸੋ 2009 ਤੋਂ ਮਹਾਰਾਜ ਨੇ ਕਿਰਪਾ ਕੀਤੀ ਆ। ਸੋ ਸੱਚਖੰਡ ਵਾਸੀ ਸੰਤ ਬਾਬਾ ਅਮਰੀਕ ਸਿੰਘ ਜੀ ਜਲਾਲ ਵਾਲੇ, ਉਹਨਾਂ ਨੇ ਜਿਹੜੀ ਇਹ ਚਾਹ ਦਾ ਲੰਗਰ ਆ ਉਹ ਸਟਾਰਟ ਕੀਤਾ ਸੀ। ਸੋ ਵਚਨ ਵੀ ਕੀਤਾ ਸੀਗਾ ਵੀ ਪੁੱਤ ਚਾਹ ਦਾ ਲੰਗਰ ਲਾਇਆ ਕਰੋਗੇ ਅਤੇ ਬੱਸ ਸਟੈਂਡ 'ਤੇ ਜਿਹੜੇ ਆਮ ਜਾਨੀ ਵਾਲੀ ਨੁਕਸਾਨ ਹੁੰਦੇ ਆ ਉਹ ਬਹੁਤ ਘਟਣਗੇ। ਅਤੇ ਉਹੀ ਗੱਲ 2009 ਤੋਂ ਲੈ ਕੇ ਇੱਥੇ ਬੱਸ ਸਟੈਂਡ 'ਤੇ ਕੋਈ ਵੀ ਐਸਾ ਇੰਸੀਡੈਂਟ ਨਹੀਂ ਹੋਇਆ ਜਿਹੜਾ ਆਪਾਂ ਦੇਖ ਸਕੀਏ ਵੀ ਜਿਹਦੇ 'ਚ ਕੋਈ ਜਾਨੀ ਵਾਲੀ ਨੁਕਸਾਨ ਆ ਹੋਇਆ। ਇੱਦੂ ਪਹਿਲਾਂ ਇੰਨੇ ਇੰਸੀਡੈਂਟ ਹੁੰਦੇ ਸੀ। ਸੋ 2009 ਤੋਂ ਬੜੀ ਸ਼ਰਧਾ ਨਾਲ ਜਿਹੜਾ ਇਹ ਲੰਗਰ ਆ ਇਹ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ ਚੱਲਦਾ ਆ ਰਿਹਾ। ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਵਿੱਚ ਅੱਜ ਸਰਦਾਰ ਸਰਜੀਤ ਸਿੰਘ ਜੀ ਮਾਸਟਰ, ਜੋ ਹੁਣ ਇਸ ਵਕਤ ਸਰਪੰਚ ਆ ਜੀ ਪਿੰਡ ਦੇ, ਸੋ ਇਹਨਾਂ ਦੇ ਭਰਾ ਸਰਦਾਰ ਹਰਨਾਮ ਸਿੰਘ ਜੀ, ਭਗਤ ਨਛੱਤਰ ਸਿੰਘ ਭਗਤ, ਜਿਨ੍ਹਾਂ ਨੇ 20 ਸਾਲ ਪਹਿਲਾਂ ਪਿੰਡ ਦੀ ਸੇਵਾ ਕੀਤੀ ਆ ਜੀ, ਸਰਪੰਚੀ ਕੀਤੀ ਆ ਲਗਾਤਾਰ 20 ਸਾਲ। ਸੋ ਸਾਰੇ ਪਿੰਡ ਨੂੰ ਪਤਾ ਵੀ ਪਿੰਡ ਲਈ ਉਹਨਾਂ ਦਾ ਕਿੱਡਾ ਵੱਡਾ ਯੋਗਦਾਨ ਰਿਹਾ। ਅਤੇ ਹੁਣ ਸਾਡੇ ਅੰਕਲ ਜੀ ਸਤਿਕਾਰਯੋਗ ਹਰ ਪੱਖੋਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਇਹ ਖੜ੍ਹਦੇ ਆ ਜੀ। ਆਏ ਸਾਲ ਜਦੋਂ ਵੀ ਅਸੀਂ ਪੋਹ ਦਾ ਲੰਗਰ ਲਾਉਂਦੇ ਹਾਂ, ਜੋ ਕਿ ਪਿੰਡ 'ਚ ਕੋਈ ਵੀ ਧਾਰਮਿਕ ਸਮਾਗਮ ਕਰਵਾਈਏ, ਅਤੇ ਜਦੋਂ ਅਸੀਂ ਜਾਂਦੇ ਹਾਂ ਨਾ ਤਾਂ ਕਦੇ ਸਾਨੂੰ ਉਸ ਟਾਈਮ ਖਾਲੀ ਮੋੜਿਆ, ਅਤੇ ਅੱਜ ਵੀ ਜਦੋਂ ਇੱਥੇ ਕੋਈ ਪੋਹ ਦਾ ਲੰਗਰ ਚੱਲਦਾ ਉਦੋਂ ਵੀ ਆਪ ਆ ਕੇ ਹਾਜ਼ਰੀ ਲਵਾਉਂਦੇ ਆ। ਸੋ ਅੱਜ ਵੀ ਸਰਦਾਰ ਅੰਕਲ ਸਰਜੀਤ ਸਿੰਘ ਮਾਸਟਰ, ਜੋ ਪਿੰਡ ਦੇ ਹੁਣ ਇਸ ਵਕਤ ਸਰਪੰਚ ਆ ਜੀ, ਇਹਨਾਂ ਦਾ ਬੇਟਾ ਹਰਪ੍ਰੀਤ ਸਿੰਘ ਆਸਟ੍ਰੇਲੀਆ, ਸੋ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਜੀ। ਸੋ ਲੋਕਡਾਊਨ ਵਿੱਚ ਵੀ ਉਹ ਵੀਰ ਨੇ ਬਹੁਤ ਵੱਡਾ ਸਾਥ ਇੱਥੇ ਆਇਆ ਹੋਇਆ ਸੀ। ਸੋ ਲਗਾਤਾਰ ਜਿਹੜਾ ਲੰਗਰ ਆ ਉਹ ਪਿੰਡ 'ਚ ਬਣ ਕੇ ਤਿਆਰ ਹੋ ਕੇ ਜਾਂਦਾ ਸੀ, ਉਹਦੇ ਵਿੱਚ ਵੀ ਬਹੁਤ ਵੱਡਾ ਉਹਨਾਂ ਨੇ ਜਿਹੜਾ ਸਹਿਯੋਗ ਦਿੱਤਾ। ਸੋ ਵੀਰ ਦੇ ਦਿਲੋਂ ਧੰਨਵਾਦ ਆ ਜੀ। ਸੋ ਹੁਣ ਅੰਕਲ ਜੀ ਆਪਾਂ ਨੂੰ ਕੁਛ ਰਾਸ਼ੀ ਭੇਟ ਕਰਨਾ ਹੈ, ਕਿੰਨੀ ਅੰਕਲ ਜੀ? ਸੋ 11,000 ਰੁਪਇਆ ਜਿਹੜਾ ਇਸ ਲੰਗਰ 'ਚ, ਮਹਾਨ ਲੰਗਰ 'ਚ ਜਿਹੜਾ ਪੋਹ ਦਾ ਲੰਗਰ ਆ, ਸੋ ਇਹ ਆਪਾਂ ਨੂੰ ਦੋਨੇ ਜਿਹੜੇ ਆਪਣੇ ਇਦੋਂ ਪਹਿਲਾਂ ਵਾਲੇ ਸਰਪੰਚ ਹਰਨਾਮ ਸਿੰਘ ਭਗਤ ਅਤੇ ਨਛੱਤਰ ਸਿੰਘ ਭਗਤ, ਉਹਨਾਂ ਦੀ ਯਾਦ ਵਿੱਚ ਜਿਹੜੇ ਇਹ 11,000 ਰੁਪਏ ਆਪਾਂ ਨੂੰ ਸੇਵਾ ਦਿੰਦੇ ਆ। ਸੋ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਣ, ਇਸੇ ਤਰ੍ਹਾਂ ਹੀ ਸਾਡਾ ਜਿਹੜਾ ਇਹ ਸਾਥ ਦਿੰਦੇ ਰਹਿਣ ਜੀ। ਸੋ ਦਿਲੋਂ ਸਤਿਕਾਰ ਆ ਜੀ ਮਹਾਰਾਜ ਚੜ੍ਹਦੀਆਂ ਕਲਾ ਬਖਸ਼ ਸਮੂਹ ਸੰਗਤ ਨੂੰ, ਸਮੂਹ ਸੇਵਾਦਾਰਾਂ ਨੂੰ। ਸੋ ਇੱਕ ਜਕਾਰਾ ਲਾਉਂਦੇ ਹਾਂ ਜੀ, ਬਹੁਤ ਵੱਡੀ ਸੇਵਾ ਜਿਹੜੀ ਆ ਲੰਗਰ ਵਾਸਤੇ ਭੇਜੀ ਆ। ਸੋ ਦਿਲੋਂ ਧੰਨਵਾਦ ਆ ਜੀ। ਬੋਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਸੁਰਜੀਤ ਸਿੰਘ ਸਰਪੰਚ ਪਿੰਡ ਦੌੜ ਤੋਂ ਬੋਲ ਰਿਹਾ। ਇਹ ਸਾਡੇ ਪਿੰਡ ਦੇ ਸਰਕਾਰ ਕਮੇਟੀ ਦੇ ਜੋ ਮੈਂਬਰ ਆ ਇਹ ਬਹੁਤ ਸੇਵਾ ਕਰ ਰਹੇ ਆ। ਉਹਦੇ ਮਹੀਨੇ ਆਪਾਂ ਤਾਂ ਰਜਾਈਆਂ 'ਚੋਂ ਨਹੀਂ ਉੱਠਦੇ, ਇਹ ਸੁਨੇਹਾ ਉੱਠ ਕੇ ਲੰਗਰ ਲਾਉਂਦੇ ਆ, ਚਾਹ ਦਾ ਲੰਗਰ ਨਾਲ ਪਕੌੜੇ ਨਾਲ ਬ੍ਰੈਡਾਂ, ਇਹ ਇੱਥੇ ਬੱਸਾਂ ਆਉਂਦੀਆਂ ਆਉਂਦੀਆਂ ਜਾਂਦੀਆਂ ਨੂੰ ਇਹ ਚਾਹ ਪਿਆਉਂਦੇ ਆ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਅਤੇ ਮੈਂ ਜਿਹੜੇ ਕਿਸਾਨ ਅੱਜ ਹੁਣ ਠੰਡਾਂ ਦੇ ਵਿੱਚ ਦਿੱਲੀ ਬੈਠੇ ਆ, ਉਹਨਾਂ ਦਾ ਵੀ ਦਿਲੋਂ ਬਹੁਤ ਸਤਿਕਾਰ ਕਰਦਾ। ਉਹਨਾਂ ਉਹ ਮੋਦੀ ਨੂੰ ਚਾਹੀਦਾ ਵੀ ਉਹਨਾਂ ਦੀਆਂ ਮੰਗਾਂ ਮੰਨੇ। ਜਿੰਦਾਬਾਦ, 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 ਜਿੰਦਾਬਾਦ। ਸੋ ਧੰਨਵਾਦ ਆ ਜੀ, ਦਿਲੋਂ ਸਤਿਕਾਰ ਆ ਇਹਨਾਂ ਦੇ। ਤੁਸੀਂ ਦੇਖ ਸਕਦੇ ਹੋ ਵੀ ਨਾਲ ਨਾਲ ਇਹਨਾਂ ਨੇ ਕਿਸਾਨਾਂ ਬਾਰੇ ਵੀ ਜਿਹੜੇ ਆਪਣੇ ਦੋ ਸ਼ਬਦ ਉਹ ਕਹੇ ਆ ਵੀ ਉਹ ਠੰਡ 'ਚ ਬੈਠੇ, ਉਹਨਾਂ ਦਾ ਵੀ ਦਿਲੋਂ ਸਤਿਕਾਰ ਆ। ਬਹੁਤ ਔਖਾ ਹੁੰਦਾ ਜੀ ਠੰਡ ਦੇ ਵਿੱਚ, ਆਪਾਂ ਰਜਾਈ 'ਚੋਂ ਲੱਤਾਂ ਨਹੀਂ ਕੱਢਦੇ, ਬੋਝ ਆਪਾਂ ਨੂੰ ਪਤਾ ਹੁੰਦਾ। ਸੋ ਆ ਛੋਟੇ ਛੋਟੇ ਬੱਚੇ ਸੀ, ਇਹਨਾਂ ਦਾ ਵੀ ਦਿਲੋਂ ਸਤਿਕਾਰ ਆ, ਜਿਹੜੇ ਉੱਠ ਕੇ ਸਾਡੇ ਨਾਲ 4:15 ਵਜੇ ਜਿਹੜੇ ਇਹ ਹਾਜ਼ਰ ਹੋ ਜਾਂਦੇ ਆ। ਸੋ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਅੱਜ ਸੇਵਾਦਾਰ ਸਾਡੇ ਨਾਲ ਵੱਡੇ, ਉਹ ਵੀ ਇਸੇ ਤਰ੍ਹਾਂ ਹੀ 6-7 ਸਾਲ ਹੋ ਗਏ। ਛੋਟੇ ਛੋਟੇ ਹੁੰਦੇ ਸੀ ਪਹਿਲਾਂ ਜਦੋਂ ਪੋਹ
ਦੇ ਵਿੱਚ ਲੰਗਰਾਂ ਨਹੀਂ ਉਹ ਮਹਾਰਾਜ ਨੇ ਜਿਹੜੀਆਂ ਉਹਨਾਂ ਨੂੰ ਸੇਵਾ ਬਖਸ਼ੀਆਂ ਹੌਲੀ ਹੌਲੀ ਜੁੜਦੇ ਜੁੜਦੇ ਬੱਚੇ ਇਸੇ ਤਰ੍ਹਾਂ ਹੀ ਜੁੜ ਜਾਂਦੇ ਆ ਜੀ। ਸੋ ਦਿਲੋਂ ਸਤਿਕਾਰ ਹੈ ਇਹਨਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।